ਕਰੋਨਾ ਵਾਇਰਸ ਦੇ ਨਾਂ 'ਤੇ ਕਿਵੇਂ ਕੀਤਾ ਜਾ ਰਿਹਾ ਹੈ ਸਰਕਾਰ ਦਾ? ਆਬਾਦੀ ਸੋਚਣ ਵਾਲਾ ਦੇ ਸਰਪੰਚ ਨੇ ਆ ਵੇਖੋ ਵੀਰ ਜੀ, ਤਹਿਸੀਲ ਜਨਾਲਾ ਪਿੰਡ ਬੱਲੜਵਾਲ ਰਾਸ਼ਨ ਆਇਆ ਮਹੀਨੇ ਬਾਅਦ। ਅਤੇ ਆਹ ਵੇਖੋ ਰਾਸ਼ਨ, ਸਰਕਾਰ ਨੇ ਰਾਸ਼ਨ ਭੇਜਿਆ ਅੱਧਾ ਅੱਧਾ ਕਿਲੋ ਖੰਡ ਜੀ, ਅਤੇ ਬਾਕੀ ਆ ਆਟਾ ਵੇਖ ਲਓ, ਇਹ ਪੂਰੀ ਗੁੱਥੀ ਹੁੰਦੀ ਹੈ, ਇਹ ਵੀ ਅੱਧੀ ਅੱਧੀ ਵੱਢ ਕੇ ਦਿੱਤੀ ਮੋਦ ਵੀਰਾਂ ਨੇ। ਅਤੇ ਇਹਦੇ ਵਿੱਚ ਆਹ ਵੇਖੋ 5-6 ਜੀ ਘਰ ਦੇ ਨੇ, ਤਾਂ ਇੱਕ ਡੰਗ ਹੈ ਆਟੇ ਦਾ। ਇਹਨਾਂ ਨੂੰ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਇੰਨਾ ਰਾਸ਼ਨ ਘੱਲਣ ਲੱਗਿਆ, ਇਹਦੇ ਨਾਲੋਂ ਤਾਂ ਬਿਮਾਰੀ ਆ ਜੇ ਪਿੰਡਾਂ 'ਚ ਤਾਂ ਉਹ ਚੰਗਾ ਆ। ਬਾਕੀ ਆ ਵੇਖੋ ਆਟਾ ਵੀ ਉਹੋ ਜਿਹਾ ਸਹੀ ਨਹੀਂ ਹੈਗਾ, ਇਹਨਾਂ ਨੇ ਵਿੱਚ ਧੂੜਾ ਧਾੜਾ ਲਾ ਕੇ ਇੰਨਾ ਇੰਨਾ ਆਟਾ ਦਿੱਤਾ ਆ। ਜੇ ਗਰੀਬ ਬੰਦਾ ਜਿਹੜਾ ਕੋਈ ਲੈਣ ਜਾਂਦਾ, ਇਹਨਾਂ ਸਭ ਤੋਂ ਪਹਿਲਾ ਨੰਬਰ ਪੈਲੀਆਂ ਵਾਲਿਆਂ ਨੂੰ ਪੂਰੀ ਪੂਰੀ ਗੁੱਥੀ ਦਿੱਤੀ ਆ, ਅਤੇ ਗਰੀਬਾਂ ਬੰਦਿਆਂ ਨੂੰ ਆਹ ਦਿੱਤਾ ਜੀ, ਆਹ ਰਾਸ਼ਨ ਦੀ ਆਹ ਕੱਟ ਕੇ ਕੈਂਚੀ ਨਾਲ ਇਹਦੇ ਵਿੱਚੋਂ ਖੰਡ ਕੱਢੀ। ਆਹ ਵੇਖੋ ਇਹ ਬੱਲੜਵਾਲ ਆਬਾਦੀ ਸੋਹਣ ਸਿੰਘ ਪਿੰਡ ਬੱਲੜਵਾਲ, ਇਹ ਸਰਪੰਚਾਂ ਨੂੰ ਸ਼ਰਮ ਨਹੀਂ ਆਈ, ਕੱਢੀਏ ਨਾ ਕੋਈ ਗਰੀਬ ਦਾ, ਕੋਈ 4 ਦਿਨ ਲੰਘ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਬੇਅੰਤ ਸਿੰਘ, ਸਰਪੰਚ ਆਬਾਦੀ ਸੋਹਣ ਸਿੰਘ ਵਾਲੀ, ਬਲਾਕ ਕਈਨਾਲਾ, ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ। ਮੈਂ ਆਪਣੇ ਪਿੰਡ ਨਿਵਾਸੀਆਂ ਅਤੇ ਪੂਰੀ ਜਨਤਾ ਨੂੰ ਇੱਕ ਅਪੀਲ ਕਰਨਾ ਚਾਹੁੰਦਾ ਕਿ ਜੋ ਇੱਕ ਮਹਾਂਮਾਰੀ, ਭਿਆਨਕ ਬਿਮਾਰੀ ਸਾਡੇ ਕਰੋਨਾ ਵਾਇਰਸ ਦੀ ਚੱਲ ਰਹੀ ਹੈ, ਇਸ ਦੇ ਸੰਬੰਧ ਦੇ ਵਿੱਚ ਜੋ ਸਰਕਾਰ ਅਤੇ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਕੰਮ ਹੈ। ਪਿੰਡ ਪਿੰਡ ਵਿੱਚ ਸੰਸਥਾਵਾਂ, ਏਜੰਸੀਆਂ, ਸਰਕਾਰੀ ਰਾਸ਼ਨ ਦੀਆਂ ਹਰ ਰਾਸ਼ਨ ਪਹੁੰਚਾਇਆ ਜਾ ਰਿਹਾ, ਪਰ ਜਿਹੜਾ ਸਰਕਾਰ ਵੱਲੋਂ ਕੁਛ ਰਾਸ਼ਨ ਦਿੱਤਾ ਜਾ ਰਿਹਾ ਇਹ ਉਹਨਾਂ ਪਰਿਵਾਰਾਂ ਨੂੰ ਦਿੱਤਾ ਜਾਣਾ ਸੀ ਜਿਨ੍ਹਾਂ ਪਰਿਵਾਰਾਂ ਤੱਕ ਅਜੇ ਤੱਕ ਸਰਕਾਰੀ ਰਾਸ਼ਨ ਦੀ ਸਕੀਮ ਜਿਹਨਾਂ ਨੂੰ ਨਹੀਂ ਮਿਲੀ, ਜਿਵੇਂ ਆਟਾ ਦਾਲ ਸਕੀਮ ਜਿਹਨਾਂ ਨੂੰ ਨਹੀਂ ਸੀ ਮਿਲਿਆ, ਇਹ ਉਹਨਾਂ ਲੋਕਾਂ ਪਰ ਉਹਨਾਂ ਲੋਕਾਂ ਤੱਕ ਪੁੱਜਦਾ ਕਰਨਾ ਸੀ। ਸਰਕਾਰ ਅੱਗੇ, ਪਿੰਡ ਵਾਸੀਆਂ ਅੱਗੇ ਮੇਰੀ ਫਿਰ ਅਪੀਲ ਹੈ, ਲੋਕਾਂ ਅੱਗੇ ਫਿਰ ਅਪੀਲ ਹੈ ਕਿ ਜੋ ਇਹ ਰਾਸ਼ਨ ਹੈ ਇਹ ਉਹਨਾਂ ਪਰਿਵਾਰਾਂ ਨੂੰ ਮਿਲਣ ਦਿਓ, ਲੈਣ ਦਿਓ, ਤੁਸੀਂ ਇਹ ਫੜ ਲਓ ਵਾਲੀ ਜਿਹੜੀ ਹੈ ਨਾ ਇਹ ਛੱਡ ਦਿਓ ਗੱਲ ਨੂੰ, ਇਹ ਚੰਗੀ ਗੱਲ ਨਹੀਂ ਹੈਗੀ। ਸਾਡਾ ਸੰਸਾਰ, ਸਾਡਾ ਪੰਜਾਬ, ਸਾਡੇ ਪੰਜਾਬ ਦੇ ਵਿੱਚ ਤਾਂ ਪਹਿਲੀ ਗੱਲ ਇਸ ਤਰ੍ਹਾਂ ਦੀ ਕੋਈ ਨਹੀਂ ਹੈਗੀ ਕਿ ਸਾਡੇ ਪੰਜਾਬ ਦੇ ਵਿੱਚ ਕੋਈ ਬੰਦਾ ਭੁੱਖਾ ਮਰੇ। ਸਾਡੇ ਪੰਜਾਬ ਗੁਰਾਂ ਪੀਰਾਂ ਦੀ ਧਰਤੀ ਹੈ, ਇੱਥੇ ਕੋਈ ਬੰਦਾ ਭੁੱਖਾ ਨਹੀਂ ਮਰ ਸਕਦਾ, ਭੁੱਖ ਦੇ ਦੁਆਰਾ ਤਾਂ ਕਦੇ ਕੋਈ ਮਰ ਹੀ ਨਹੀਂ ਸਕਦਾ, ਬੇਸ਼ੱਕ ਜੋ ਮਰਜ਼ੀ ਹੋਵੇ। ਮੈਂ ਅਪੀਲ ਕਰਾਂਗਾ ਕਿ ਜਿਹੜਾ ਰਾਸ਼ਨ ਕੁਛ ਲੋੜਵੰਦ ਪਰਿਵਾਰ ਹੈ ਜਿਨ੍ਹਾਂ ਦਾ ਚਲੋ ਗੁਜ਼ਾਰਾ ਨਹੀਂ ਚੱਲਦਾ, ਔਖੇ ਹੋ ਜਾਂਦੇ ਨੇ, ਸਰਕਾਰ ਉਹਨਾਂ ਤੱਕ ਪੁੱਜਦਾ ਕਰਦੀ ਹੈ, ਅਤੇ ਜਿਨ੍ਹਾਂ ਨੂੰ ਰਾਸ਼ ਆਟਾ ਦਾਲ ਦੀ ਸਕੀਮ ਮਿਲ ਚੁੱਕੀ ਉਹ ਇਸ ਚੀਜ਼ ਉਹਦਾ ਵਿਰੋਧ ਨਾ ਕਰਨ। ਇਸ ਚੀਜ਼ ਦਾ ਮੈਂ ਫਿਰ ਅਪੀਲ ਕਰਦਾ, ਹੱਥ ਜੋੜ ਕੇ ਮੇਰੀ ਬੇਨਤੀ ਹੈ ਪਿੰਡ ਵਾਸੀਆਂ ਨੂੰ ਕਿ ਜਿਹੜੀ ਇਹ ਚੀਜ਼ ਦੀ ਤੁਸੀਂ ਵਿਰੋਧਤਾ ਕਰ ਰਹੇ ਹੋ ਇਹ ਨਾ ਕਰੋ, ਉਹਨਾਂ ਨੂੰ ਲੈਣ ਦਿਓ, ਉਹਨਾਂ ਤੱਕ ਪਹੁੰਚਦਾ ਕਰਨ ਦਿਓ। ਜਿਵੇਂ ਤੁਸੀਂ ਵੀਡੀਆਂ ਝੂਠੀਆਂ ਅਫਵਾਹਾਂ ਫੈਲਾ ਰਹੇ ਹੋ ਕਿ ਸਾਨੂੰ ਇੰਨਾ ਮਿਲਿਆ, ਸਾਨੂੰ ਕੁਛ ਘੱਟ ਮਿਲਿਆ, ਕਿਉਂ ਦਿੱਤਾ ਗਿਆ, ਅਸੀਂ ਉਹਨਾਂ ਪਰਿਵਾਰਾਂ ਤੱਕ ਵੀ ਪੁੱਜਦਾ ਕਰਨ ਦੀ ਕੋਸ਼ਿਸ਼ ਕੀਤੀ, ਜਿਵੇਂ ਕੁਛ ਪਰਿਵਾਰਾਂ ਨੂੰ ਮਿਲ ਗਿਆ ਉਹਨਾਂ ਦੇ ਦੂਸਰੇ ਪਰਿਵਾਰ ਨੂੰ, ਜਿਵੇਂ ਨਹੀਂ ਮਿਲਿਆ ਪਰਿਵਾਰ 'ਚ ਚਾਰ ਚਾਰ ਪਰਿਵਾਰ ਬੈਠੇ ਨੇ, ਇੱਕ ਪਰਿਵਾਰ 'ਚ ਚਾਰ ਚਾਰ, ਇੱਕ ਘਰ 'ਚ ਚਾਰ ਚਾਰ ਪਰਿਵਾਰ ਬੈਠੇ ਨੇ, ਕੋਈ ਜਿਹੜੇ ਰਹਿ ਗਏ ਨੇ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਵਿਧਵਾ ਪਰਿਵਾਰ ਨੇ, ਵਿਧਵਾ ਬੀਬੀਆਂ ਨੇ, ਉਹਨਾਂ ਦੇ ਵਿੱਚ ਜਿਵੇਂ ਕੁਛ ਪਰਿਵਾਰਾਂ ਨੂੰ ਮਿਲ ਗਿਆ, ਕੁਛ ਨੂੰ ਨਹੀਂ ਮਿਲਿਆ ਬੀਬੀਆਂ, ਉਹਨਾਂ ਤੱਕ ਪੁੱਜਦਾ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ। ਮੇਰੀ ਹੱਥ ਜੋੜ ਕੇ ਬੇਨਤੀ ਹੈ ਪਿੰਡ ਵਾਸੀਆਂ ਨੂੰ ਅਤੇ ਪੂਰੀ ਜਨਤਾ ਨੂੰ, ਸਰਕਾਰ ਅਤੇ ਪ੍ਰਸ਼ਾਸਨ ਦਾ ਸਹਿਯੋਗ ਦਈਏ, ਨਾ ਕਿ ਅਸੀਂ
ਪੰਜਾਬ ਸਰਕਾਰ ਤੇ ਪ੍ਰਸ਼ਾਸਨ ਨੂੰ ਬਦਨਾਮ ਨਾ ਕਰੀਏ। ਜੋ ਉਹਨਾਂ ਨੇ ਕੰਮ ਕੀਤੇ ਨੇ ਬੜੇ ਸ਼ਲਾਘਾਯੋਗ ਕੰਮ ਨੇ। ਜੇਕਰ ਸਰਕਾਰ ਮੌਕੇ ਤੇ ਕਰਫਿਊ ਨਾ ਲਾਉਂਦੀ ਜਾਂ ਲੋਕਡਾਊਨ ਨਾ ਕਰਦੀ ਤੇ ਸਾਡੇ ਜਿਹੜੀ ਮਹਾਮਾਰੀ ਭਿਆਨਕ ਬਿਮਾਰੀ ਸੀ ਅੱਜ ਪਿੰਡ ਪਿੰਡ ਵਿੱਚ ਹੋ ਜਾਣੀ ਸੀ। ਮੈਂ ਸਰਕਾਰ ਦੀ ਪੂਰੀ ਜੋ ਸ਼ਲਾਘਾ ਕਰਦਾ ਹਾਂ ਤੇ ਫਿਰ ਪਿੰਡ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜੀਆਂ ਵੀਡੀਓ ਨੇ ਝੂਠੀਆਂ ਵੀਡੀਓ ਵਾਇਰਲ ਨਾ ਕਰੋ। ਇਹ ਸਾਨੂੰ ਇਹ ਚੰਗੀਆਂ ਨਹੀਂ ਦਿੰਦੀਆਂ, ਸ਼ੋਭਾ ਨਹੀਂ ਦਿੰਦੀਆਂ, ਇਹ ਚੰਗੀ ਸੋਚ ਦੀ ਨਿਸ਼ਾਨੀ ਨਹੀਂ ਹਨ। ਪਿੰਡ ਵਾਸੀਆਂ ਅੱਗੇ ਅਪੀਲ ਹੈ ਕਿ ਉਹ ਕੰਮ ਕਰੋ ਜਿਹੜੇ ਸਾਨੂੰ ਸਰਕਾਰ ਦੇ ਪ੍ਰਸ਼ਾਸਨ ਦੀਆਂ ਹਦਾਇਤਾਂ ਨੇ। ਸਾਨੂੰ ਘਰ ਵਿੱਚ ਬੈਠਣਾ ਚਾਹੀਦਾ ਹੈ, ਬਜ਼ੁਰਗਾਂ ਨੂੰ ਤਾਸ਼ਾਂ ਨਹੀਂ ਖੇਡਣੀਆਂ ਚਾਹੀਦੀਆਂ ਅੱਜ ਕੱਲ੍ਹ ਦੇ ਦਿਨਾਂ 'ਚ। ਆਪਾਂ ਆਪਣੇ ਪਰਿਵਾਰ 'ਚ ਬੈਠੋ। ਮੁੰਡਿਆਂ ਨੂੰ ਨੌਜਵਾਨਾਂ ਅੱਗੇ ਬੇਨਤੀ ਹੈ ਕਿ ਤੁਸੀਂ ਆਪਣੀ ਕ੍ਰਿਕਟ ਦੀਆਂ ਟੀਮਾਂ ਬਣਾ ਕੇ ਖੇਡਣੀਆਂ ਬੰਦ ਕਰ ਦਿਓ, ਕਿਉਂਕਿ ਤਾਂ ਕਿ ਹਰ ਬੰਦਾ ਸੇਫ ਰਹੇ, ਪਰਿਵਾਰ ਸੁਖੀ ਰਹੇ ਤੁਹਾਡਾ। ਮੇਰੀ ਫਿਰ ਬੇਨਤੀ ਹੈ ਕਿ ਸਰਕਾਰ ਦੇ ਰਾਸ਼ਨ ਨੂੰ ਮਜ਼ਾਕ ਨਾ ਸਮਝੋ। ਸਰਕਾਰ ਦਾ ਰਾਸ਼ਨ ਉਹਨਾਂ ਪਰਿਵਾਰਾਂ ਤੱਕ ਪੁੱਜਦਾ ਹੋਣ ਦਿਓ ਜਿਨ੍ਹਾਂ ਨੂੰ ਜ਼ਰੂਰਤ ਹੈ। ਵਾਹਿਗੁਰੂ ਜੀ ਕਾ ਖਾਲਸਾ।